ਆਈਟਮ ਗਰਲ ਰਾਖੀ ਸਾਵੰਤ ਹੁਣ ਆਈਟਮ ਬੰਬ ਬਣਨ ਦੀ ਫਰਾਖ 'ਚ ਹੈ। ਅਜਿਹਾ ਇਸ ਲਈ ਕਿਉਂਕਿ ਉਹਨਾਂ ਮੁਤਾਬਕ ਦੇਸ਼ ਨੂੰ ਉਹਨਾਂ ਦੀ ਕਦੀ ਵੀ ਲੋੜ ਪੈ ਸਕਦੀ ਹੈ। ਲੁਧਿਆਣਾ ਪੁੱਜੀ ਰਾਖੀ ਸਾਵੰਤ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਆਪਣੀ ਦੇਸ਼ ਭਗਤੀ ਦੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਖੀ ਸਾਵੰਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਮਾਹੌਲ ਬਾਰੇ ਬੋਲ ਰਹੇ ਸਨ। ਰਾਖੀ ਦੀ ਮੰਨੀਏ ਤਾਂ ਲੋੜ ਪੈਣ ਉੱਤੇ ਉਹ ਮਨੁੱਖੀ ਬੰਬ ਬਣ ਕੇ ਪਾਕਿਸਤਾਨ ਨੂੰ ਸਬਕ ਸਿਖਾ ਸਕਦੇ ਨੇ। ਸਭ ਤੋਂ ਪਹਿਲੇ ਦੇਸ਼ ਹੈ ਔਰ ਦੇਸ਼ ਕੇ ਲਈ ਹਮ ਜਾਨ ਵੀ ਦੇ ਸਕਤੇ ਹੈ। ਤੋ ਮੈਂ ਤਾਂ ਯਹੀ ਕਹੂੰਗੀ ਕਿ ਮੈਂ ਰਾਖੀ ਸਾਵੰਤ ਇੰਡੀਅਨ ਹੂੰ, ਇਸ ਦੇਸ਼ ਕੀ ਨਾਗਰਿਕ ਹੂੰ। ਅਗਰ ਦੇਸ਼ ਕੋ ਮੇਰੀ ਜ਼ਰੂਰਤ ਹੈ ਤੋ ਮੈਂ 1000-2000 ਬੰਬ ਲਗਾ ਕੇ ਪਾਕਿਸਤਾਨ ਮੈਂ ਖੁਦ ਜਾਊਂਗੀ। ਯੇ ਦੇਸ਼ ਕੇ ਲਈ ਜਾਨ ਦੇ ਸਕਤੀ ਹੂੰ। ਰਾਖੀ ਸਾਵੰਤ ਤੋਂ ਪਹਿਲਾਂ ਮਸ਼ਹੂਰ ਰੈਸਲਰ ਦ ਗ੍ਰੇਟ ਖਲੀ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਦੇਸ਼ ਨੂੰ ਉਹਨਾਂ ਦੀ ਲੋੜ ਪੈਂਦੀ ਹੈ ਤਾਂ ਉਹ ਮੋਰਲੀ ਕਤਾਰ 'ਚ ਖੜੇ ਨਜ਼ਰ ਆਉਣਗੇ। ਦੇਸ਼ ਸਭ ਤੋਂ ਪਹਿਲੇ ਦੇਸ਼ ਹੈ, ਅਗਰ ਦੇਸ਼ ਹੈ ਤਾਂ ਹਮ ਹੈ, ਠੀਕ ਹੈ। ਤਾਂ ਲੇਕਿਨ ਅਗਰ ਹਮਾਰੀ ਮੇਰੀ ਜ਼ਰੂਰਤ ਪੜੇਗੀ ਤਾਂ ਫਿਰ ਹਮ ਸਭ ਤੋਂ ਅੱਗੇ ਮਿਲੇਗੇ। ਇੱਕ ਵਾਰ ਹੁਕਮ ਕਰੇ ਮਤਲਬ। ਦੱਸਣਯੋਗ ਹੈ ਕਿ ਰੈਸਲਿੰਗ ਨੂੰ ਪ੍ਰਮੋਟ ਕਰਨ ਲਈ ਦ ਗ੍ਰੇਟ ਖਲੀ ਅਤੇ ਰਾਖੀ ਸਾਵੰਤ ਲੁਧਿਆਣਾ ਪੁੱਜੇ ਹੋਏ ਸਨ, ਜਿੱਥੇ ਉਹਨਾਂ ਦੇਸ਼ ਦੇ ਤਾਜ਼ਾ ਹਾਲਾਤਾਂ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ। ਬਿਊਰੋ ਰਿਪੋਰਟ, ਟੀਵੀ ਪੰਜਾਬ।